ਇੱਕੇ ਹੀ ਮਾਡਲ ਹੈਗਾ ਭਾਈ ਜੀ, ਹਾਂ ਜੀ। ਤੇ ਕਿੰਨੇ ਘੰਟੇ ਚੱਲੇ ਤੁਸੀਂ? 1050 ਘੰਟੇ ਚੱਲੇ ਸਾਡੇ, 1100 ਘੰਟੇ ਗਏ ਹਨ। ਹਾਂ, ਉਹਨਾਂ ਦੇ ਟਾਇਰਾਂ ਤੇ ਗਏ। ਹਾਂਜੀ ਹਾਂਜੀ, ਠੀਕ ਹੈ ਜੀ। ਫੋਰ ਸਪੀਡ ਹੋਇਆ ਪਿਆ ਜੀ। ਠੀਕ ਹੈ ਜੀ, ਫੋਰ ਸਪੀਡ ਲੱਗੀ ਹੋਈ ਹੈ। ਠੀਕ ਹੈ ਜੀ, ਲੈ ਵੀ ਫੋਰ ਸਪੀਡ ਹੋਇਆ ਆ, ਲੈ ਵੀ ਦੇਖ ਸਕਦੇ ਹੋ। ਉਹ 3 ਸਪੀਡ ਦਿਖਾਈ ਤੁਹਾਨੂੰ, ਇਹ ਹੈਗਾ 4 ਸਪੀਡ। ਹਾਂਜੀ ਦੋਸਤੋ, ਸਾਰੇ ਵੀਰਾਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਆਪਾਂ ਖੜੇ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਸੀਜ਼ਨ ਬਾਈ ਜੀ ਹੁਣ ਖਤਮ ਹੋ ਗਿਆ, ਤੇ ਬਾਈ ਕਾਕਨਦੀਪ ਸਿੰਘ ਕਾਕਣਾ ਆਪਣੇ ਨਾਲ ਆ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਬਾਈ ਜੀ। ਅੱਜ ਤੁਹਾਨੂੰ 2 ਨੀਲੇ ਮੋਰ ਤੇ 4 ਦਿਖਾਵਾਂਗੇ ਰੈੱਡ ਬੁੱਲ। ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ ਬਾਈ, ਠੀਕ ਹੋ ਬਾਈ? ਠੀਕ ਹੈ ਬਾਈ। ਤੇ ਮੇਨ ਲੋਕੇਸ਼ਨ ਬਾਈ ਜੀ ਆਪਣੀ? ਗੇਮ ਲੋਕੇਸ਼ਨ ਤਲਵੰਡੀ ਸਾਬੋ ਜੀ। ਠੀਕ ਹੈ ਬਾਈ ਜੀ। ਤੇ ਸੇ ਟਰੈਕਟਰ ਨੇ ਅੱਜ ਬਾਈ ਜੀ? ਹਾਂ ਸੇ। ਤੇ ਕਾਪੀ ਕਾਗਜ਼ਾਂ ਦੀ ਬਾਈ ਜੀ? ਓਕੇ, ਕਾਪੀ ਕਾਗਜ਼ਾਂ ਦੀ ਗਰੰਟੀ ਹੈਗੀ? ਹਾਂ ਜੀ, ਨਾ ਹੁਣ ਤੋਂ ਹੀ ਗਰੰਟੀ ਹੈ। ਨਾ ਹੁਣ ਦੀ ਗਰੰਟੀ ਹੈਗੀ? ਠੀਕ ਹੈ ਬਾਈ ਜੀ। ਤੇ ਲਓ ਬਾਈ ਜੀ, ਸਟਾਰਟ ਕਰਦੇ ਆ ਵੀਡੀਓ ਆਪਾਂ ਸਵਰਾਜ 855 ਤੋਂ। ਤੇ ਲਓ ਵੀ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੇ। ਟੌਪ ਮਾਡਲ ਆ ਬਾਈ ਜੀ? ਹਾਂਜੀ, ਫੁੱਲ ਟੌਪ ਮਾਡਲ ਆ ਜੀ। ਠੀਕ ਹੈ ਜੀ, ਲੈ ਵੀ 3 ਸਪੀਡ ਹੈਗਾ, ਟੌਪ ਮਾਡਲ ਟਰੈਕਟਰ ਹੈਗਾ, ਓਕੇ ਰਿਪੋਰਟ ਚ ਹੈਗਾ, ਆਲ ਓਰੀਜਨਲ ਬਾਈ? ਹਾਂਜੀ, ਓਰੀਜਨਲ ਆ ਬਿਲਕੁਲ। ਠੀਕ ਹੈ ਜੀ, ਲੈ ਵੀ ਟੱਚ ਬੱਜ ਗਈ ਗਰੰਟੀ। ਪੰਜਾਬ ਨੰਬਰ ਕਰਾਣਾ ਜੀ? ਹਰਿਆਣਾ ਜੀ ਨੰਬਰ। ਲੈ ਵੀ ਨੰਬਰ ਹਰਿਆਣਾ, ਐਨਓਸੀ ਹੱਥੋਂ ਹੱਥ ਆ ਗਏ। 425 ਨੰਬਰ ਆ, ਡੱਬਲੀ ਦਾ ਲੋਕਲ। ਠੀਕ ਹੈ ਜੀ, ਇੱਕੇ ਮਾਡਲ ਹੈਗਾ ਬਾਈ ਜੀ। ਹਾਂਜੀ, ਤੇ ਕਿੰਨੇ ਘੰਟੇ ਚੱਲੇ ਤੁਸੀਂ? 1050 ਘੰਟੇ ਚੱਲੇ ਸਾਡੇ, 1100 ਘੰਟੇ ਗਏ ਹਨ। ਹਾਂ, 1100 ਦੇ ਘੱਟ ਚੱਲਿਆ ਬਾਈ ਜੀ, ਵੱਧ ਨਹੀਂ ਚੱਲਿਆ। ਅਲੱਗ ਦੇ ਕਲੱਚ ਵਾਲਾ, ਫੁੱਲ ਫੀਚਰ ਵਾਲਾ। ਹਾਂਜੀ, ਤੇ ਡੰਡਾ ਡਰਾਬਲ ਫੱਟੀ ਸਾਰਾ ਕੁਝ ਨਾਲ ਰੱਖਣਾ। ਫਸਟ ਪਾਲਟੀ, ਪਹਿਲੀ ਪਾਲਟੀ ਲਵੇ। ਫਸਟ ਪਾਲਟੀ ਦਾ ਕੰਡੀਸ਼ਨ ਚੈੱਕ ਕਰ ਲਓ ਵੀ ਵਧੀਆ ਕੰਡੀਸ਼ਨ ਦਾ। ਤੇ ਡਿਮਾਂਡ ਬਾਈ ਜੀ? ਡਿਮਾਂਡ ਇਹਦੀ ਹੈਗੀ ਹੈ ਜੀ 7,35,000 ਰੁਪਏ। ਸਹੀ ਜਮਾਨਤਾਂ? ਸਹੀ ਜਮਾਨਤਾਂ ਕਰ ਦਾਂਗੇ, ਕਰ ਦੂੰਗੇ। ਹਾਂਜੀ, ਠੀਕ ਹੈ। ਟਰੈਕਟਰ ਵੀ ਕੱਟ ਲਓਗੇ? ਹਾਂਜੀ, ਕੱਟ। ਠੀਕ ਹੈ ਬਾਈ ਜੀ, ਟਰੈਕਟਰ ਵੀ ਕੱਟਿਆ ਜਾਊਗਾ, ਸਿੱਧਾ ਲੈਣਾ ਸਿੱਧਾ ਵੀ। ਤੇ ਲੋਨ ਵਗੈਰਾ ਕਲੀਅਰ ਹੈ ਬਈ ਪਹਿਲਾਂ? ਹਾਂਜੀ, ਕਲੀਅਰ। ਠੀਕ ਹੈ, ਪਹਿਲਾਂ ਵਾਲਾ ਬਾਈ ਜੀ ਲੋਨ ਕਲੀਅਰ ਹੁੰਦਾਗਾ। ਤੇ ਅੱਗੇ ਬਾਈ ਸਵਰਾਜ 855 4 ਸਟਾਰ, ਉਹ ਹੈਗਾ ਜੀ ਬਾਈ ਜੀ 5 ਸਟਾਰ। ਤੇ ਇਹ ਹੈਗਾ 4 ਸਟਾਰ, ਉਹਦੇ ਘੋੜਾ ਬੰਪਰ ਲੱਗਿਆ ਹੋਣਾ ਬਾਈ ਜੀ। ਹਾਂਜੀ, ਇਹ ਵੀ ਘੋੜਾ ਬੰਪਰ ਲੱਗਿਆ ਹੋਇਆ। ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ। ਤੇ ਬਾਕੀ ਇਹ ਚੀਜ਼ਾਂ ਦਿਖਾ ਦੇ, ਜਸਪ੍ਰੀਤ ਪੂਰੀਆਂ ਸਾਫ ਪਈ ਜਾਣਗੇ ਬਾਈ, ਕੋਈ ਟੱਚਿੰਗ ਫਚਿੰਗ ਨਹੀਂ ਹੈਗੀ। ਤੇ ਇਹ ਜਿਹੜੇ ਅਗਲੇ ਟਾਇਰ ਨੇ ਵੀ ਮੰਨ ਕੇ ਚੱਲੋ ਮਹਿੰਗੇ ਨੇ ਨਾ? ਮਹਿੰਗੇ ਵਾਲੇ ਟਾਇਰ? ਠੀਕ ਹੈ, ਮਹਿੰਗੇ ਵਾਲੇ ਟਾਇਰ ਨੇ ਬਾਈ ਜੀ। ਤੇ ਬੈਕ ਟਾਇਰ 14 ਵਾਲੇ ਗਏ, ਕਿੰਨੇ ਕੁ ਪੈਸੇ ਪਏ ਬਾਈ ਜੀ? 90 ਪੈਸੇ ਲਾ ਲਓ ਜੀ। ਠੀਕ ਹੈ, 14 ਦੇ ਟਾਇਰਾਂ ਦਾ ਗਏ? ਹਾਂਜੀ ਹਾਂਜੀ। ਠੀਕ ਹੈ ਜੀ, 4 ਸਪੀਡ ਹੋਇਆ ਪਿਆ ਜੀ। ਠੀਕ ਹੈ ਜੀ, 4 ਸਪੀਡ ਲੱਗੀ ਹੋਈ ਹੈ। ਠੀਕ ਹੈ ਜੀ, ਲੈ ਵੀ 4 ਸਪੀਡ ਹੋਇਆ ਆ, ਲੈ ਵੀ ਦੇਖ ਸਕਦੇ ਹੋ। ਉਹ 3 ਸਪੀਡ ਦਿਖਾਈ ਤੁਹਾਨੂੰ, ਇਹ ਹੈਗਾ 4 ਸਪੀਡ ਆ। ਹਾਂਜੀ, ਕੰਡੀਸ਼ਨ ਆਲ ਓਰੀਜਨਲ ਹੈਗਾ, ਕਨੋਪੀ 7 ਲੱਗੀ ਹੋਈ ਹੈਗੀ। ਤੇ 50,000 ਦਾ ਸਮਾਨ ਲੱਗਿਆ ਜੀ, 50,000 ਦਾ ਐਕਸਟਰਾ ਸਮਾਨ ਲੱਗਿਆ ਹੋਇਆ ਆਪਾਂ ਕਹਿ ਲਈ ਹਨਾ। ਹਾਂਜੀ, ਠੀਕ ਹੈ ਜੀ। ਤੇ ਮਾਡਲ ਜੀ? ਮਾਡਲ 14 ਜੀ। 14 ਮਾਡਲ ਆ? ਹਾਂਜੀ, ਕੰਡੀਸ਼ਨ ਬਾਬਾ ਸਾਹਿਬ ਪੀ ਜਾਣਾ ਬਈ, ਬਸ ਇੱਕ ਨਿਗਾਹ ਉਧਰ ਮਰਵਾ ਦੇ ਜਸਪ੍ਰੀਤ, ਇੱਕ ਨਿਗਾਹ ਇੱਥੇ ਮਰਵਾ ਦੇ। ਖੈਰਾ ਮਾਡਲ ਅਰਗੀ ਪਈ ਹੈ ਇੱਕ। ਠੀਕ ਹੈ, ਕੰਡੀਸ਼ਨ ਬਈ ਬਰੋਬਰ ਉਹਦੇ ਭਿੜ ਦੀ ਹੈਗੀ ਟਰੈਕਟਰ ਦੇ। ਹਾਂਜੀ, ਤੇ ਇਹਦੀ ਡਿਮਾਂਡ ਬਈ ਜੀ? ਡਿਮਾਂਡ ਇਹਦੀ ਹੈ ਜੀ 5,23,000। ਠੀਕ ਹੈ ਜੀ, ਹਾਂਜੀ, ਮਾਨਤਾਨ ਹੋ ਜਾਏ, ਮਾਨਤਾਨ ਹੋ ਜਾਏ। ਠੀਕ ਹੈ, ਮਾਨਤਾਨ ਹੋ ਜਾਊਗਾ ਬਾਈ ਜੀ, ਇੱਕ ਵਾਰੀ ਮੌਕਾ ਜ਼ਰੂਰ ਦਿਓ ਬਾਈ ਨੂੰ। ਹਾਂਜੀ, ਤੇ ਅੱਗੇ ਕਹੇ ਬਾਈ ਜੀ ਸਵਰਾਜ 855 ਤੇ 5 ਸਟਾਰ ਆ, ਅਲੱਗ ਦੇ ਕਲੱਚ ਵਾਲਾ ਬਾਈ ਜੀ, ਕੰਡੀਸ਼ਨ ਪੂਰੀ ਸਾਫ ਹੀ ਹੈਗੀ। ਤੇ ਇੰਜਨ ਗੇਅਰ ਦੀ ਗਰੰਟੀ ਹੈ ਬਾਈ? ਗਰੰਟੀ ਹੈ, ਨਵਾਂ ਟਰੈਕਟਰ ਹੈ, ਚੱਲੇ ਕੁਛ ਨਹੀਂ। ਠੀਕ ਹੈ ਜੀ, ਹਾਂਜੀ, ਓਕੇ। ਰਿਪੋਰਟ ਹੈਗਾ ਜੀ 22 ਮਾਡਲ ਆ ਜੀ। ਠੀਕ ਹੈ, PV13 ਨਗਦ ਕੈਸ਼ ਵਾ। ਠੀਕ ਹੈ, PV13 ਨਗਦ ਕੈਸ਼ ਦਾ ਟਰੈਕਟਰ ਹੈ, ਜਮਾਂ ਨਵਾਂ ਨੌਕਰ ਟਰੈਕਟਰ। ਠੀਕ ਹੈ ਜੀ, 16 ਦੇ ਟਾਇਰਾਂ ਚ ਹੈਗਾ? ਹਾਂਜੀ। ਠੀਕ ਹੈ ਜੀ, ਤੇ ਘੰਟੇ ਕਿੰਨੇ ਚੱਲੇ ਬਾਈ? ਘੰਟੇ ਦਾ ਹੀ ਕੋਈ ਦਿਖਾ ਦੇ ਮੀਟਰ, 380 ਘੰਟੇ ਚੱਲਿਆ। ਇਹ ਵੀ 380 ਘੰਟੇ ਚੱਲਿਆ ਹੋਇਆ ਹੈਗਾ, ਪੈਰਦਾਨ ਵੀ ਅਜੇ ਤੱਕ ਪੂਰੇ ਸਾਫ ਪੈਣਗੇ। ਹਾਂਜੀ, ਓਰੀਜਨਲ ਆ ਬਾਈ ਸਾਰਾ?
ਹਾਂ ਰੀਜਨਲ ਆ ਜੀ। ਠੀਕ ਹੈ ਜੀ, ਬਾਕੀ ਲਫਾਫੇ ਲਫੂਫੇ ਵਗੈਰਾ ਦੇਖ ਸਕਦੇ ਹੋ ਜੀ, ਵਧੀਆ ਚੜੇ ਹੋਏ ਨੇਗੇ। ਤੇ ਇਹਦੀ ਡਿਮਾਂਡ ਪੈ ਜੀ? ਹਾਂਜੀ ਡਿਮਾਂਡ ਜੀ, ਡਿਮਾਂਡ ਇਹਦੀ ਹੈਗੀ ਆ 7,78,000 ਰੁਪਏ। 7,78,000 ਰੁਪਇਆ ਨਗਦ ਕੈਸ਼ ਦਾ, ਪੀਵੀ 13 ਨੰਬਰ। ਪੀਵੀ 13 ਨੰਬਰ ਦਾ ਮੌਕੇ ਤੇ ਹੋ ਜਾਂਦਾ ਨਾ ਵੀ ਹਰੇਕ ਟਰੈਕਟਰ ਚੋਂ? ਹਾਂ ਮਾਨਤਾਨ ਕਰਦੇ ਆ ਜੀ, ਮਾਨਤਾਨ ਵੀ ਹਰੇਕ ਟਰੈਕਟਰ ਚੋਂ ਜਾਂਦਾ। ਕਈ ਵਾਰ ਕਹਿੰਦੇ ਨੇ ਨਾ ਵੀ ਮਹਿੰਗਾ ਗਾ, ਮੌਕੇ ਤੇ ਬਈ ਜੀ ਹਰੇਕ ਟਰੈਕਟਰ ਚੋਂ ਹੋ ਜਾਂਦਾ ਗਾ, ਏਦਾਂ ਨਹੀਂ ਹੈਗਾ ਗਾ ਵੀ ਹਾਂ ਜਿਹੜਾ ਰੇਟ ਲਿਖਤਾ ਵੀ ਤੁਹਾਨੂੰ ਉਹੀ ਰੇਟ 'ਚ ਟਰੈਕਟਰ ਮਿਲੂਗਾ ਨਾ ਬਾਈ ਜੀ। ਹਾਂਜੀ, ਤੇ ਅੱਗੇ ਬਾਈ ਜੀ ਸਵਰਾਜ 855 ਫੋਰ ਸਟਾਰ ਰਿਵਰਸ ਪੀਟੀਓ, ਤੇ ਮਾਡਲ ਬਾਈ ਜੀ 15 ਜੀ, 15 ਮਾਡਲ ਹੈਗਾ। ਇਹਦੇ ਵੀ ਟਾਇਰ ਮਿਲਣਾ ਮਹਿੰਗੇ ਵਾਲੇ ਨੇ ਨਾ ਬਾਈ ਜੀ? ਹਾਂਜੀ। ਠੀਕ ਹੈ ਜੀ, 15 ਮਾਡਲ ਹੈਗਾ, ਤੇ ਬੈਕ ਟਾਇਰ ਕਿੰਨੇ ਕੁ ਪੈਸੇ ਪਏ ਬਾਈ ਜੀ? 95 ਪੈਸੇ ਪਏ ਜੀ। ਠੀਕ ਹੈ ਜੀ, ਇੰਜਨ ਗੇਅਰ ਦਾ ਬਾਈ ਜੀ? ਇੰਜਨ ਗੇਅਰ ਦਾ ਓਕੇ ਜੀ। ਠੀਕ ਹੈ, 100 ਰੁਪਏ ਸੌਦੇ ਵਾਲਾ ਕੰਮ ਹੈ ਬਾਈ? ਹਾਂਜੀ 100 ਰੁਪਏ ਸੌਦੇ। ਲੈ ਬਾਈ ਜੀ 14 ਦੇ ਟਾਇਰਾਂ 'ਚ ਹੈਗਾ, ਕੰਡੀਸ਼ਨ ਪੂਰੀ ਸਾਫ਼ ਪਈ ਹੈਗੀ, 15 ਮਾਡਲ ਹੈਗਾ, ਤੇ ਪੀਵੀ 65 ਮੋਹਾਲੀ ਦਾ ਨੰਬਰ ਹੈ ਬਾਈ ਜੀ। ਹਾਂਜੀ, ਪੀਵੀ 65 ਮੋਹਾਲੀ ਦਾ। ਤੇ ਡਿਮਾਂਡ ਬਾਈ ਜੀ ਇਹਦੀ? ਡਿਮਾਂਡ ਇਹਦੀ 5,28,000 ਰੁਪਇਆ। ਠੀਕ ਹੈ ਜੀ, ਮਾਨਤਾਨ ਹੋ ਜੂਗਾ? ਮਾਨਤਾਨ ਹੋ ਜੂਗਾ, ਟਰੈਕਟਰ ਵੀ ਕੱਟਿਆ ਜਾਊਗਾ, ਲੋਨ ਵੀ ਕਰਵਾ ਦੋਗੇ ਨਾ? ਹਾਂਜੀ ਕਰਵਾ। ਠੀਕ ਹੈ ਜੀ, 12 ਮਾਡਲ ਦੇ ਉੱਪਰ ਬਾਈ ਮੈਂ ਔਰ ਲੋਨ ਹੋ ਹੀ ਜਾਂਦਾਗਾ। ਅੱਗੇ ਦੇਖੋ ਨਾ ਬਾਈ, ਤੁਹਾਨੂੰ ਦੋ ਨੀਲੇ ਮੋਰ ਲੈ ਬਈ, ਸੋਨਾਲੀਕਾ 55 ਵਾਲਾ। ਤੇ ਜਿਵੇਂ ਆਪਾਂ ਕਹਿ ਲਈਏ ਇਹ ਟਰੈਕਟਰ ਬਾਈ ਜੀ ਹੈਗੇ ਨੇਗੇ ਭੱਠੇ ਵਾਲਿਆਂ ਦੀ, ਤੇ ਛੋਟੀ ਖੇਤੀ ਵਾਸਤੇ ਪੂਰੇ ਵਧੀਆ ਨਾ ਬਾਈ ਜੀ? ਹਾਂਜੀ ਪੂਰੇ ਚੰਗੇ। ਠੀਕ ਹੈ ਜੀ, ਭੱਠੇ ਵਾਲਿਆਂ ਦਾ ਤਾਂ ਬਾਈ ਜੀ ਇਹ ਖਾਸ ਤੋਹਫਾ ਟਰੈਕਟਰ ਹੀ ਹੈਗਾ। ਤੇ ਇਹ ਮਾਡਲ ਬਾਈ ਜੀ? ਮਾਡਲ 6 ਹੈ ਜੀ, 2006। ਠੀਕ ਹੈ, 2006 ਮਾਡਲ ਹੈਗਾ, ਪਾਵਰ ਸਟੀਅਰਿੰਗ ਹੈ ਬਾਈ ਜੀ। ਹਾਂਜੀ, ਲੈ ਵੀ ਚੈੱਕ ਕਰ ਲਓ। ਹਾਂ, ਤੇ ਹੁਣ ਤੁਹਾਡੇ ਬਜਟ ਦਾ ਟਰੈਕਟਰ ਹੈ ਬਾਈ ਜੀ ਇਹ, ਤੇ ਟਾਇਰ ਬਾਈ ਜੀ ਇਹਦੇ? ਟਾਇਰ ਜੀ ਅਗਲੇ ਤਾਂ 50% ਹੈ ਜੀ। ਠੀਕ ਹੈ, ਪਿਛਲੇ 65 ਪੈਸੇ ਹੈ ਜੀ। ਠੀਕ ਹੈ, ਮਗਰਲੇ 65 ਪੈਸੇ ਅੱਗੇ, 14 ਦੇ ਟਾਇਰ ਆ ਬਾਈ ਜੀ, ਕੰਡੀਸ਼ਨ ਓਕੇ ਪਈ ਹੈਗੀ। ਸਿੰਗਲ ਡਿਸਟ੍ਰੀਬਿਊਟਰ ਬਾਈ ਜੀ? ਹਾਂਜੀ ਸਿੰਗਲ ਡਿਸਟ੍ਰੀਬਿਊਟਰ, ਸਿੰਗਲ ਡਿਸਟ੍ਰੀਬਿਊਟਰ ਹੈਗਾ, ਬਾਕੀ ਚੈੱਕ ਕਰ ਲਓ ਬਾਈ, ਮਗਰਾਟ ਮਗਰੂਟ ਪੂਰੇ ਸਾਫ਼ ਪੈਣਗੇ। ਹਾਂਜੀ, ਤੇ ਡਿਮਾਂਡ ਬਾਈ ਜੀ? ਡਿਮਾਂਡ ਇਹਦੀ 2,92,000 ਹੈ ਜੀ। ਓਨਲੀ? ਹਾਂ 2,92,000। ਲੈ ਵੀ 2,92,000 ਰੁਪਇਆ ਡਿਮਾਂਡ ਆ ਜੀ, ਕੰਡੀਸ਼ਨ ਪੂਰੇ ਸਾਫ਼ ਪਈ ਹੈਗੀ, ਸਮਾਈ 'ਚ ਚੱਲਿਆ ਹੋਇਆ ਟਰੈਕਟਰ ਹੈਗਾ। ਜੇ ਕਿਸੇ ਵੀਰ ਨੇ ਭੱਠੇ ਵਾਲ ਲੈਣਾ ਤਾਂ ਉਹਦੇ ਵਾਸਤੇ ਤਾਂ ਮੈਂ ਕਹਿੰਦੀ ਇੰਜਨ ਗੇਅਰ ਦਾ ਜਮਾਂ ਓਕੇ ਹੈ ਜੀ, ਰੁਪਇਆ ਜਮਾਂ ਰੁਪਇਆ। ਠੀਕ ਹੈ ਜੀ, ਬਾਕੀ ਬਾਈ ਨੇ ਚਲਾ ਕੇ ਦੇਖਿਆ ਹੋਊਗਾ, ਓਕੇ ਰਿਪੋਰਟ ਦਾ। ਤੇ ਨੰਬਰ ਬਾਈ ਜੀ? 50 ਬਾਈ, 50 ਬਾਈ। ਠੀਕ ਹੈ ਜੀ, ਤੇ ਅੱਗੇ ਬਾਈ ਜੀ ਹਰਿਆਣਾ ਨੰਬਰ 'ਚ ਸੋਨਾਲੀਕਾ 750 ਦਾ, ਸਾਦੀ ਕਟਾਈ 'ਚ। ਤੇ ਇਹ ਮਾਡਲ ਬਾਈ ਜੀ? 7 ਹੈ ਜੀ, 2007। ਉਹ 6 ਮਾਡਲ ਸੀ, ਇਹ 7 ਮਾਡਲ ਆ ਨਾ ਬਾਈ ਜੀ? ਠੀਕ ਹੈ, 2007 ਮਾਡਲ ਹੈਗਾ। ਤੇ ਟਾਇਰ ਬਾਈ ਜੀ? ਟਾਇਰ ਇਹਦੇ ਤਾਂ 90 ਪੈਸੇ ਆਈ, ਪਿਛਲੇ ਮੂਰਲਸ 65 ਪੈਸੇ। ਠੀਕ ਹੈ ਜੀ, ਸਾਦੀ ਕਟਾਈ 'ਚ ਬਾਈ ਜੀ। ਹਾਂਜੀ, ਤੇ ਓਰੀਜਨਲ ਆ ਬਾਈ ਜੀ? ਹਾਂ ਓਰੀਜਨਲ ਟਰੈਕਟਰ ਜੀ। ਠੀਕ ਹੈ, ਓਰੀਜਨਲ ਟਰੈਕਟਰ ਹੈਗਾ। ਤੇ ਡਿਮਾਂਡ ਬਾਈ ਜੀ? ਡਿਮਾਂਡ ਇਹਦੀ 2,95,000 ਜੀ। 2,95,000, ਕਾਪੀ ਕਾਗਜ਼ ਦਾ ਬਾਈ? ਕਾਪੀ ਕਾਗਜ਼ ਦਾ ਓਕੇ ਹੈ ਜੀ, ਕਾਪੀ ਕਾਗਜ਼ ਦਾ ਓਕੇ ਹੈਗਾ। ਹਾਂਜੀ, ਠੀਕ ਆ ਬਾਈ ਜੀ, ਬਾਕੀ ਚੈੱਕ ਕਰ ਲਓ ਕੰਡੀਸ਼ਨ, ਓਕੇ ਰਿਪੋਰਟ 'ਚ ਪਈ ਆ। ਹਾਂਜੀ, ਤੇ ਬਾਈ ਜੀ ਜੇ ਕਿਸੇ ਨੇ ਆ ਕੇ ਚਲਾ ਕੇ ਦੇਖਣਾ ਹੋਵੇ, ਹਾਂ ਤਸੱਲੀ ਕਰਕੇ ਲਿਆ ਸਕਦੇ। ਠੀਕ ਹੈ ਜੀ, ਤੇਲ ਤੁਹਾਡਾ, ਹਾਂ ਜੋਰ ਵਾਲੇ ਦਾ ਦਿਲ ਵਾਲੂ ਹੈ ਨਾ? ਹਾਂਜੀ, ਠੀਕ ਆ ਬਾਈ, ਠੀਕ ਆ ਬਾਈ, ਧੰਨਵਾਦ ਜੀ। ਚਲੋ ਬਾਈ ਜੀ, ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਤੇ ਟਰੈਕਟਰ ਖਰੀਦਣ ਲਈ ਕਰ ਲਿਓ ਸੰਪਰਕ। ਧੰਨਵਾਦ, ਸਤਿ ਸ਼੍ਰੀ ਅਕਾਲ।